शिव जी के प्रकाश उत्सव पर जलंधर के अलग अलग गुरुद्वारों में गुरुपुरब बड़ी श्रद्धा पूर्वक मनाया गया। इस अवसर पर गुरुद्वारों में दीवान सजाए गए, जिसमें रागी जत्थों ने शब्द कीर्तन कर संगतों को निहाल किया और गुरु चरणों से जोड़ा। इस अवसर पर गुरुद्वारों में अटूट लंगर भी लगाए गए। मेहमान कहीं न जाए, गुर सम्राट दे, गुर सम्राट दे, मेहमान कहीं न जाए, गुर सम्राट दे, गुर सम्राट दे, गुर पार ब्रह्म परमेश्वर, गुर पार ब्रह्म परमेश्वर, अपरंपर अलख अपे, गौर पार ब्रह्म परमेश्वर, गौर पार ब्रह्म परमेश्वर, अपरंपर अलख अपे, महिमा कहीं न जाए, गुरु सम्राट दे, गुर सम्राट दे। नाम निधान जाए,
सम्राट देव, गुर सम्राट देव। मेहमान कहीं न जाए, गुर सम्राट देव। ਵਾਦੀਆਂ ਪਾਸਟਰ ਵਾਲ ਚੈਨਲ ਵਾਲਿਆਂ ਦਾ ਅੱਜ ਤਾਂ ਸਾਹਿਬ ਨਾਨਕ ਪਾਤਸ਼ਾਹ ਜੀ ਦਾ ਸਾਲਾਨਾ ਗੁਰਪੁਰਬ ਜੋ ਹਰ ਸਾਲ ਆਉਂਦਾ ਹੈ। ਸ਼ਹੀਦ ਬਾਬਾ ਅਜੀਤ ਸਿੰਘ ਗੁਰਦੁਆਰੇ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਮੈਂਬਰ ਸਮਾਨ ਵੱਧ ਚੜ੍ਹ ਕੇ ਦੀਪਮਾਲਾ ਐਸਤਬਾਜੀ ਔਰ ਗੁਰਕੇ ਲੰਗਰ ਦੀ ਜੋ ਤਿਆਰੀ ਹੋ ਰਹੀ ਹੈ, ਠੀਕ 1 ਵਜੇ ਸੰਗਤਾਂ ਨੂੰ ਲੰਗਰ ਛਕਾਇਆ ਜਾਏਗਾ। ਬੜੀ ਸ਼ਰਧਾ ਭਾਵ ਦੇ ਨਾਲ ਰਾਗੀ ਸਿੰਘ ਕੀਰਤਨ ਕਰ ਰਹੇ ਨੇ। ਸਾਧ ਸੰਗਤ ਪ੍ਰਕਾਸ਼ ਜੜ੍ਹ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਆਗਮਨ ਪੁਰਬ 'ਤੇ ਸਾਰੇ ਸੰਸਾਰ ਭਰ ਵਿੱਚ ਗੁਰਸਿੱਖਾਂ ਵੱਲੋਂ ਗੁਰੂ ਨਾਨਕ ਨਾਮ ਲੇਵਾ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਬੜੀ ਸ਼ਰਧਾ ਅਤੇ ਸਿਮਰਨ ਕਰਕੇ ਮਨਾਏ ਜਾ ਰਹੇ ਹਨ। ਅਤੇ ਹਰ ਗੁਰਦੁਆਰਾ ਸਾਹਿਬ ਵਿੱਚ ਹਰ ਪੰਜਾਬੀ ਜਿੱਥੇ ਵੀ ਵੱਸਦਾ ਹੈ ਉਹ ਲੰਗਰ ਦੀ ਸੇਵਾ ਕਰਕੇ, ਲੰਗਰ ਦੇ ਵਿੱਚ ਆਪਣੇ ਯੋਗਦਾਨ ਪਾ ਕੇ ਗੁਰੂ ਸਾਹਿਬ ਦੇ ਨਾਮ ਦੇ ਉੱਤੋਂ ਬਲਿਹਾਰ ਜਾਂਦੇ ਹਨ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਨਾਨਕ ਨਾਮ ਦੇ ਨਾਲ ਜੋੜਦੇ ਹਨ। ਸਾਰੇ ਸੰਸਾਰ ਭਰ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਨੂੰ, ਸੰਸਾਰ ਸਾਰੇ ਭਰਦੇ ਵੱਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।